ਇਸ ਵੇਲੇ ਦੀ ਵੱਡੀ ਬ੍ਰੇਕਿੰਗ ਸਾਹਮਣੇ ਆਈ ਹੈ। ਦੱਸ ਦਈਏ ਕਿ ਭਾਰਤ ਦੀ ਗੋਲਡ ਮੈਡਲ ਦੀ ਉਮੀਦ ਟੁੱਟੀ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਵਿਨੇਸ਼ ਫੋਗਾਟ ਹੈ ਜਿਹੜੀ ਹੁਣ ਫਾਈਨਲ ਮੈਚ ਦੇ ਲਈ ਡਿਸਕੁਆਲੀਫਾਈ ਕਰ ਦਿੱਤੀ ਗਈ ਹੈ। ਗੋਲਡ ਮੈਡਲ ਦੀ ਜਿਹੜੀ ਉਮੀਦ ਹੈ ਉਹ ਭਾਰਤ ਦੀ ਟੁੱਟ ਗਈ ਹੈ। ਗੋਲਡ ਮੈਡਲ ਮੁਕਾਬਲੇ ਦੇ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ ਵਿਨੇਸ਼ ਫੋਗਾਟ ਨੂੰ। ਦੱਸ ਦਈਏ ਕਿ ਮੈਚ ਤੋਂ ਪਹਿਲਾਂ ਜਿਹੜਾ ਵੇਟ ਚੱਲ ਰਿਹਾ ਸੀ ਅਤੇ ਜਦੋਂ ਵੇਟ ਕਿਹਾ ਜਾ ਰਿਹਾ ਕਿ 100 ਗ੍ਰਾਮ ਓਵਰ ਵੇਟ ਦੇ ਕਾਰਨ ਜਿਹੜੀ ਵਿਨੇਸ਼ ਫੋਗਾਟ ਹੈ ਉਸਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ, ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕਿ ਹੁਣੇ ਨਿਕਲ ਕੇ ਸਾਹਮਣੇ ਆਈ ਹੈ। ਦੱਸ ਦਈਏ ਕਿ ਓਲੰਪਿਕਸ ਦੇ ਵਿੱਚ ਵਿਨੇਸ਼ ਫੋਗਾਟ ਜਿਹੜੀ ਕਿ ਪਿਛਲੇ 2 ਮੈਚਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਸੈਮੀਫਾਈਨਲ ਦੇ ਵਿੱਚ ਵੀ ਪਹੁੰਚਦੀ ਹੈ, ਜਿਸ ਤੋਂ ਬਾਅਦ ਅੱਜ ਮੁਕਾਬਲਾ ਹੋਣਾ ਸੀ ਅਤੇ ਜਿਸ ਦੇ ਚੱਲਦਿਆਂ ਜਦੋਂ ਵੇਟ ਹੋਣ ਲੱਗਿਆ ਤਾਂ 100 ਗ੍ਰਾਮ ਓਵਰ ਵੇਟ ਦੇ ਕਾਰਨ ਜਿਹੜੀ ਵਿਨੇਸ਼ ਫੋਗਾਟ ਹੈ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਤਾਂ ਵੱਡੀ ਬ੍ਰੇਕਿੰਗ ਹੈ ਜਿਹੜੀ ਹੁਣੇ ਸਾਹਮਣੇ ਆਈ ਹੈ। ਰੈਸਲਰ ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਲੱਗਿਆ ਹੈ, ਜਿਸਨੇ ਆਪਣਾ ਸਿਲਵਰ ਮੈਡਲ ਹੈ ਜਿਹੜਾ ਉਹ ਪੱਕਾ ਕੀਤਾ ਸੀ ਅਤੇ ਗੋਲਡ ਦੇ ਲਈ ਅੱਜ ਉਹਨੇ ਭਿੜਨਾ ਸੀ ਅਤੇ ਅਮਰੀਕਾ ਦੀ ਸਾਰਾ ਹਿਲਡੇ ਬ੍ਰਾਂਡ ਦੇ ਨਾਲ ਅੱਜ ਮੁਕਾਬਲਾ ਹੋਣਾ ਸੀ ਅਤੇ ਜਦੋਂ ਵੇਟ ਹੋਇਆ ਤਾਂ 100 ਗ੍ਰਾਮ ਓਵਰ ਵੇਟ ਦੇ ਕਾਰਨ ਜਿਹੜੀ ਵਿਨੇਸ਼ ਫੋਗਾਟ ਹੈ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਤਾਂ ਵੱਡੀ ਬ੍ਰੇਕਿੰਗ ਹੈ ਜਿਹੜੀ ਹੁਣੇ ਸਾਹਮਣੇ ਆਈ ਹੈ। ਚੜ੍ਹਦੀ ਕਲਾ ਟਾਈਮ ਟੀਵੀ 'ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਨੇਸ਼ ਫੋਗਾਟ ਹੈ ਜਿਹੜੀ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਫਾਈਨਲ ਦਾ ਅੱਜ ਮੁਕਾਬਲਾ ਹੋਣਾ ਸੀ, ਫਾਈਨਲ ਦੇ ਵਿੱਚ ਪਹੁੰਚਣਾ ਸੀ ਕਿਉਂਕਿ ਸੈਮੀਫਾਈਨਲ ਦੇ ਵਿੱਚ ਪਹੁੰਚਣ ਵਾਲੀ ਜਿਹੜੀ ਭਾਰਤੀ ਪਹਿਲੀ ਮਹਿਲਾ ਜਿਹੜੀ ਰੈਸਲਰ ਬਣੀ ਸੀ ਵਿਨੇਸ਼ ਫੋਗਾਟ ਉਸਦੀ ਗੋਲਡ ਦੀ ਉਮੀਦ ਟੁੱਟ ਗਈ ਹੈ। ਭਾਰਤ ਦੇ ਲਈ ਵੀ ਜਿਹੜੀ ਗੋਲਡ ਦੀ ਉਮੀਦ ਸੀ ਓਲੰਪਿਕਸ ਦੇ ਵਿੱਚ ਉਹ ਵੀ ਟੁੱਟ ਕੇ ਹੁਣ ਬਿਖਰ ਗਈ ਹੈ। ਅਤੇ ਹਾਲਾਂਕਿ ਕਿਹਾ ਜਾ ਰਿਹਾ ਕਿ ਅਪੀਲ ਹੈ ਜਿਹੜੀ ਉਹ ਕੀਤੀ ਜਾਵੇਗੀ ਕਿਹਾ ਜਾਵੇਗਾ, ਪਰ ਇਸਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ। ਪਰ ਵੱਡੀ ਜਿਹੜੀ ਖਬਰ ਹੈ ਕਿ ਭਾਰਤ ਦੀ ਜਿਹੜੀ ਗੋਲਡ ਮੈਡਲ ਦੀ ਉਮੀਦ ਹੈ ਓਲੰਪਿਕਸ ਦੇ ਵਿੱਚ ਉਹ ਟੁੱਟ ਚੁੱਕੀ ਹੈ।